ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਸ਼ੀਅਰ ਟੀਵੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇ ਵਿੱਚ ਮੈਂ ਪਰਮ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ ਹਰ ਰੋਜ਼ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਆਓ ਪਹਿਲਾਂ ਕਰਦੇ ਹਾਂ ਪੰਨੂ ਸਾਹਿਬ ਦਾ ਸਵਾਗਤ ਤੇ ਉਸ ਤੋਂ ਬਾਅਦ ਕਰਾਂਗੇ ਖਬਰਾਂ ਤੇ ਚਰਚਾ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਸ਼ੁਕਰੀਆ ਪਰਮ ਜੀ ਸਤਿ ਸ਼੍ਰੀ ਅਕਾਲ ਪੰਨ ਸਾਹਿਬ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਰਾਜਨੀਤੀ ਨੂੰ ਛੱਡ ਦੇਣਾ ਤੇ ਹੁਣ ਕਮੈਂਟਰੀ ਨੂੰ ਪਹਿਲ ਦੇਣੀ ਆ ਤੇ ਹੁਣ ਮੈਂ ਅੱਗੇ ਤੋਂ ਕਮੈਂਟਰੀ ਹੀ ਕਰਿਆ ਕਰਨੀ ਆ ਉਹਨਾਂ ਦੇ ਇਸ ਬਿਆਨ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਜੀ ਮੈਂ ਉਹਦੇ ਬਿਆਨ ਦਾ ਸਵਾਗਤ ਕਰਦਾ ਪਹਿਲਾਂ ਵੀ ਇਹਨੂੰ ਕਮੈਂਟਰੀ ਛੱਡ ਕੇ ਇਸ ਪਾਸੇ ਆਉਣਾ ਨਹੀਂ ਸੀ ਚਾਹੀਦਾ ਸਾਡੇ ਵਰਗੇ ਬਹੁਤ ਸਾਰੇ ਲੋਕ ਸਿੱਧੂ ਦੇ ਪ੍ਰਸ਼ੰਸਕ ਸੀ ਉਹਦੀ ਕ੍ਰਿਕਟ ਦੀ ਖੇਡ ਵਿੱਚ ਕਈ ਲੋਕ ਦੁੱਖਤਾ ਚਿੰਨੀ ਵੀ ਕਰਦੇ ਅਸੀਂ ਉਦੋਂ ਵੀ ਪ੍ਰਸ਼ੰਸਕ ਸਾਂ ਇਹਦੇ ਉੱਤੇ ਇੱਕ ਕੇਸ ਬਣ ਗਿਆ ਕਤਲ ਦਾ ਅਸੀਂ ਉਦੋਂ ਵੀ ਕਹਿੰਦੇ ਸੀ ਸਿਆਸੀ ਕਿੜਬਾਜੀ ਦੇ ਵਿੱਚ ਨੂੰ ਉਲਝਾਇਆ ਜਾ ਰਿਹਾ ਇਹਦਾ ਉਹਨਾ ਕਸੂਰ ਨਹੀਂ ਸੜਕ 'ਤੇ ਜਾਂਦਿਆਂ ਝਗੜਾ ਹੋ ਗਿਆ ਉਹਦੇ 'ਚ ਇੱਕ ਬੰਦਾ ਮਾਰਿਆ ਗਿਆ ਚਲੋ ਉਹ ਪੀੜਤ ਪਰਿਵਾਰ ਦਾ ਦੁੱਖ ਆਪਣੀ ਥਾਂ ਪਰ ਇਹਨੇ ਜਾਣ ਕੇ ਬੰਦਾ ਤਾਂ ਮਾਰਿਆ ਨਹੀਂ ਅਸੀਂ ਇਹ ਵੀ ਕਹਿੰਦੇ ਸਾਂ ਦੋਵਾਂ ਸਿਆਸੀ ਪਾਰਟੀਆਂ ਨੇ ਵਾਰੀ-ਵਾਰੀ ਇਹਨੂੰ ਵਰਤਿਆ ਬਲਕਿ ਤਿੰਨਾਂ ਨੇ ਵਰਤਿਆ ਪਹਿਲਾਂ ਉਹ ਭਾਜਪਾ ਨੇ ਵਰਤਿਆ ਫਿਰ ਕਾਲੀਆਂ ਨੇ ਵਰਤਿਆ ਫਿਰ ਕਾਂਗਰਸੀਆਂ ਨੇ ਵਰਤਿਆ ਕਿਉਂ ਤਿੰਨਾਂ ਦੀ ਉਸ ਤਿੰਨ ਤਰੀਕੇ ਖੇਡ ਦੇ ਵਿੱਚ ਇਹ ਫੁੱਟਬਾਲ ਬਣ ਗਿਆ ਜਿਹਨੂੰ ਜਿਹੜਾ ਮਰਜ਼ੀ ਠੋਡ ਮਾਰਦਾ ਰਿਹਾ ਤੇ ਇਹ ਠੋਡ ਖਾਂਦਾ ਰਿਹਾ ਆਪ ਇਹ ਬਹੁਤਾ ਸਿਆਣਾ ਰਾਜਨੀਤੀ ਦੇ ਵਿੱਚ ਨਹੀਂ ਨਿਕਲਿਆ ਜਦੋਂ ਆਇਆ ਤੇ ਜਿਨ੍ਹਾਂ ਦੇ ਕੋਲ ਆਇਆ ਸੀ ਉਹਨਾਂ ਨੇ ਇਹਨੂੰ ਚੁੱਕਤਾ ਤੇ ਇਹੋ ਜਿਹੀ ਚੁੱਕਣਾ ਚਾਇਆ ਸੁਭਾਅ ਦਾ ਤੇ ਪਹਿਲਾਂ ਵੀ ਇਹੋ ਜਿਹਾ ਸੀ ਕੋਈ ਸ਼ਾਬਾਸ਼ ਦੇਣ ਵਾਲਾ ਹੋਵੇ ਤੇ ਪੁਰਕ ਡੰਡਿਓਂ ਪਾਰ ਹੁੰਦਾ ਸੀ ਫਟਾਫਟ ਮੈਂ ਮੈਂ ਫੁਲਾਨੀ ਗੱਲ ਮੈਂ ਉਹ ਜਿਹੜੀ ਇਹਦੀ ਮੈਂ ਸੀ ਮੈਂ ਸਿੱਧੂ ਉਹ ਮੈਂ ਸਿੱਧੂ ਤੋਂ ਥੋੜੀ ਵੱਧ ਦੀ ਵੱਧ ਦੀ ਮੈਂ ਭਗਵੰਤ ਸਿੰਘ ਸਿੱਧੂ ਦਾ ਪੁੱਤਰ ਤਾਂ ਗਿਆਗੇ ਤੇ ਉਹਦੇ ਚ ਇਹ ਆਪਣੇ ਆਲੇ ਦੁਆਲੇ ਸਾਰਿਆਂ ਨਾਲੇ ਦੁਸ਼ਮਣੀਆਂ ਪਾਈ ਗਿਆ ਜੀ ਜਦੋਂ ਇਹ ਕ੍ਰਿਕਟ ਵਿੱਚ ਹੁੰਦਾ ਸੀ ਉਥੇ ਵੀ ਜਿਆਦਾ ਉੱਬਰ ਕੇ ਗੱਲ ਕਰਦਾ ਸੀ ਇਹਨੂੰ ਪੰਜਾਬੀ ਵਿੱਚ ਕਹਿੰਦੇ ਬਾਬੜ ਕੇ ਗੱਲ ਕਰਨਾ ਬਾਬੜ ਕੇ ਦਾ ਮਤਲਬ ਦੂਜਿਆਂ ਦੀ ਗੱਲ ਕੱਟ ਕੇ ਤੇ ਆਪਣੀ ਮੈਂ ਜਿਤਾਉਣੀ ਇਹ ਕੰਮ ਕਰ ਜਾਂਦਾ ਸੀ ਤੇ ਉੱਤੋਂ ਦੂਜੇ ਨਾਰਾਜ਼ ਹੋ ਜਾਂਦੇ ਸੀ। ਇਹੀ ਕਾਰਨ ਸੀ ਕਿ ਇੱਕ ਵਾਰੀ ਇੱਕ ਕ੍ਰਿਕਟ ਲੜੀ ਚੱਲਦੀ ਸੀ ਵਿਚਾਲੇ ਛੱਡ ਕੇ ਵੀ ਕਹਿੰਦੇ ਸੀ ਆ ਗਿਆ ਸੀ ਮੈਂ ਕਿਉਂਕਿ ਕ੍ਰਿਕਟ ਦਾ ਬਹੁਤਾ ਸ਼ੌਕੀਨ ਨਹੀਂ ਕਦੇ-ਕਦਾਈ ਕੋਈ ਖਾਸ ਮੈਚ ਵੇਖਣ ਆਲਾ ਮੈਨੂੰ ਨਹੀਂ ਪਤਾ ਕੀ ਹੋਇਆ ਸੀ। ਪਰ ਇਹ ਆ ਗਿਆ ਹਰ ਇੱਕ ਕਮੈਂਟਰੀ ਕਰਨਾ ਪਿਆ ਕਮੈਂਟਰੀ ਵਿੱਚ ਵੀ ਦੂਜੇ ਦੀ ਗੱਲ ਕੱਟ ਸੁਣਦਾ ਤੇ ਆਪਣੀ ਵੱਧ ਸੁਣਾਉਂਦਾ ਹੁੰਦਾ ਸੀ ਪਰ ਲੋਕਾਂ ਨੂੰ ਇਹਦਾ ਉਹ ਜਿਹੜਾ ਸਟਾਈਲ ਸੀ ਪਸੰਦ ਆਉਂਦਾ ਹੁੰਦਾ ਸੀ ਇਹ ਲਫਟਰ ਚੈਲੰਜ ਵਿੱਚ ਵੀ ਗਿਆ ਤੇ ਸਾਡਾ ਅੱਜ ਵਾਲਾ ਮੁੱਖ ਮੰਤਰੀ ਭਗਵੰਤ ਮਾਨਮੀ ਉੱਥੇ ਜਾਂਦਾ ਹੁੰਦਾ ਸੀ ਉਦੋਂ ਤੇ ਭਗਵੰਤ ਮਾਨ ਦੀ ਜ਼ੁਬਾਨੀ ਹੈ ਕਿ ਅਸੀਂ ਇਹ ਸੋਚਦੇ ਹੁੰਦੇ ਸੀ ਸਾਹਮਣੇ ਕਿ ਅੱਜ ਫਲਾਣੀ ਗੱਲ ਦੇ ਉੱਤੇ ਸਿੱਧੂ ਜਦੋਂ ਹੱਸਿਆ ਉਹ ਚ ਹੱਸਣ ਵਾਲੀ ਗੱਲ ਕਿਹੜੀ ਸੀ ਤੇ ਇੰਨਾ ਹੱਸਦਾ ਸੀ ਤੇ ਇੰਨਾ ਬੋਲਦਾ ਸੀ ਕਿ ਅਸੀਂ ਲੰਚ ਬ੍ਰੇਕ ਵੇਲੇ ਸੋਚਦੇ ਹੁੰਦੇ ਸੈਂ ਕਿ ਸੈੱਲ ਹੀ ਚੇਂਜ ਕਰ ਦਈਏ ਕਿਤੇ ਸੈੱਲ ਨਾ ਮੁੱਕ ਜਾਂਦੇ ਹੋਣ ਇਹਨਾਂ ਦੀ ਦੋ ਕਲਾਕਾਰਾਂ ਦੀ ਇੱਕ ਕਮੈਂਟਰੀ ਵਾਲਾ ਕਲਾਕਾਰ ਤੇ ਇੱਕ ਕਮੇਡੀ ਵਾਲਾ ਕਲਾਕਾਰ ਇਹਨਾਂ ਦੀ ਆਪਸੀ ਨੋਕ-ਝੋਕ ਸੀ ਅਸੀਂ ਉਹਦੇ ਉੱਤੇ ਕੋਈ ਗੱਲ ਨਹੀਂ ਕਹਿਣਾ ਚਾਹੁੰਦੇ ਦੋਵੇਂ ਇੱਕੋ ਜਿਹੇ ਸੀ ਚਲੋ ਉਮਰ ਵੱਲੋਂ ਵੀ ਹਾਂਮਓਵਰ ਸਿੰਘ ਇਹ ਰਾਜਨੀਤੀ ਚ ਆਇਆ ਅਕਾਲੀਆਂ ਨੇ ਜਿਆਦਾ ਚੁੱਕਤਾ ਇਹਦੀ ਪਤਨੀ ਨੂੰ ਵੀ ਐਮਐਲਏ ਬਣਾਇਆ ਫਿਰ ਚੀਫ ਪਾਰਲੀਮੈਂਟਰੀ ਸੈਕਟਰੀ ਬਣਾਇਆ ਤੇ ਅਕਾਲੀਆਂ ਦੀ ਚੁਕਣਾ ਜਾ ਕੇ ਉਹਨੇ ਆਪਣੀ ਪਾਰਟੀ ਦੇ ਆਪਣੇ ਸੀਨੀਅਰ ਮਦਨਮੋਹਨ ਮਿੱਤਲ ਨਾਲ ਰੇੜਕਾ ਪਾ ਲਿਆ ਉਹਦੇ ਹਲਕੇ 'ਚ ਛਾਪੇ ਮਾਰਨ ਤੁਰ ਪਈ। ਉਹਨੇ ਫਿਰ ਇਹਦੇ ਹਲਕੇ 'ਚ ਆ ਕੇ ਵੇਰਕੇ ਇਲਾਕੇ 'ਚ ਛਾਪੇ ਮਰਵਾਤੇ। ਫਿਰ ਇਹਦਾ ਉਧਰ ਵਿਗਾੜ ਪਿਆ ਤੇ ਅਕਾਲੀਆਂ ਨੇ ਵੀ ਵੇਖ ਲਿਆ ਕਿ ਉਹਨ ਭਾਜਪਾ ਹੱਥ ਪਿੱਛੇ ਖਿੱਚ ਲਈ ਉਹ ਵੀ ਖਿੱਚ ਲੈਣ ਆਪੇ ਪੈਰ-ਪੈਰ ਤੇ ਦੀ ਬੇਇੱਜ਼ਤੀ ਕਰਨ ਆਪੇ। ਇਨੇ ਭਾਜਪਾ ਕੋਲਗਲ ਕੀਤੀ ਭਾਜਪਾ ਨੇ ਆਖਿਆ ਤੈਨੂੰ ਰਾਜ ਸਭਾ ਚ ਲੈ ਲੈਨੇ ਬਾਹਰ ਲਈ ਪਰ ਤੇ ਕਹਿੰਦਾ ਇਦਾਂ ਤੇ ਮੈਂ ਨਿਕਲ ਗਿਆ ਮੇਰੀ ਬੇਇਜ਼ਤੀ ਮੈਂ ਤਾਂ ਰਹੂੰਗਾ ਪੰਜਾਬ ਚ ਉਹਨਾਂ ਆਖਿਆ ਪੰਜਾਬ ਚ ਤੂੰ ਰਹਿ ਨਹੀਂ ਸਕਦਾ ਕਿਉਂਕਿ ਅਕਾਲੀ ਦਲ ਤੈਨੂੰ ਸਹਿ ਨਹੀਂ ਸਕਦਾ ਇਹ ਆਪਣੀ ਜਿੱਦ ਤੇ ਰਿਹਾ ਉਹਨਾਂ ਨੇ ਆਪਣੀ ਜਿੱਦ ਰੱਖੀ ਇਹ ਪਾਰਟੀ ਛੱਡ ਗਿਆ ਛੱਡ ਕੇ ਫਿਰ ਕਈ ਦਿਨ ਇਹ ਚੌਕ ਚ ਖਲੋਤਾ ਸਾਰੇ ਪਾਸੇ ਨੂੰ ਕੁੰਮ ਕੁੰਮ ਵੇਦਾ ਰਿਹਾ ਉਧਰ ਜਾऊं ਮੈਂ ਇਧਰ ਜਾऊं ਖੁਦਾ ਜਾਣੇ ਅਬ ਕਿੱਧਰ ਜਾऊं ਤੇ ਅਖੀਰ ਆਮ ਆਦਮੀ ਪਾਰਟੀ ਵੱਲੇ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਘਰ ਗਿਆ ਤੇ ਉਥੋਂ ਜਾ ਕੇ ਜਦੋਂ ਬਾਹਰ ਨਿਕਲਿਆ ਤੇ ਨੇ ਪ੍ਰੈਸ ਕਾਨਫਰੰਸਾਂ ਚ ਆ ਕੇ ਆਖਿਆ ਕਿ ਕੇਜਰੀਵਾਲ ਮੈਨੂੰ ਕਹਿੰਦਾ ਸੀ ਪਹਿਲੀ ਗੱਲ ਇਹ ਕਹਦੇ ਕਿ ਮੇਰਾ ਮੁੱਖ ਮੰਤਰੀ ਦੇ ਅਹੁਦੇ ਤੇ ਕੋਈ ਦਾਵਾ ਨਹੀਂ ਹੋਊਗਾ ਇਦਾਂ ਕਰਕੇ ਉਹ ਮੈਨੂੰ ক্রিকেট ਦੇ ਵਿੱਚ ਉੱਤੇ ਆਉਣ ਤੋਂ ਜਿਹੜੇ ਸਿਆਸੀ క్రికెਟਰ ਦੀ ਵਿੱਚ ਤੇ ਆਉਣ ਤੋਂ ਪਹਿਲਾਂ ਹੀ ਆਊਟ ਕਰਨਾ ਚਾਹੁੰਦਾ ਮੈਂ ਇਸ ਕਰਕੇ ਉਹ ਪਾਰਟੀ ਛੱਡਤੀ ਉਹਦੀ ਟੀਮ ਛੱਡ ਤੁਰਿਆ ਇਕ ਕਾਂਗਸ ਉਹ ਚਲਾ ਗਿਆ ਰੌਲਾ ਪਿਆ ਡਿਪਟੀ ਮੁੱਖ ਮੰਤਰੀ ਬਣੂਗਾ ਉਹ ਨਹੀਂ ਬਣਿਆ ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਰੇੜਕਾ ਬਰਾਬਰ ਦੇ ਮੰਤਰੀਆਂ ਨਾਲ ਵੀ ਰੇੜਕਾ ਫਿਰ ਹਸਤੀਪਾ ਦੇ ਗਿਆ ਮੰਤਰੀਪੁਰੇ ਤੋਂ ਤੇ ਵਿਧਾਇਕ ਹੁੰਦਿਆ 1 ਸਾਲ ਤੋਂ ਬਾਅਦ ਚੁੱਪ ਕੀਤਾ ਰਿਹਾ ਪਾਰਟੀ ਮਨਾ ਕੇ ਲਈ ਇੱਕੋ ਰੈਲੀ 'ਚ ਬੋਲਿਆ ਤੇ ਇੱਕੋ ਭਾਸ਼ਣ ਦੇਣ ਲੱਗਾ ਫਿਰ ਰੇੜਕਾ ਪੈ ਗਿਆ ਘਰ ਜਾ ਬਿਠਾ ਜੀ ਉਦੋਂ ਬਾਅਦ ਦੁਬਾਰਾ ਪਾਰਟੀ ਨੇ ਬਣਾਇਆ ਇਹ ਆਇਆ ਤੇ ਬਾਕੀ ਦੇ ਨਾਲ ਲੱਗੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਗ ਪਾਸੇ ਕੀਤਾ ਵੋਟਾਂ ਪਾਈਆਂ ਵਿਧਾਇਕਾਂ ਚੋਂ ਕਿ ਮੁੱਖ ਮੰਤਰੀ ਕੌਣ ਹੋਵੇ ਸਭ ਤੋਂ ਵੱਧ 78 ਜੋ 42 ਵੋਟਾਂ ਸੁਨੀਲ ਜਾਖੜ ਨੂੰ ਪੈ ਗਈਆਂ ਜਿਹਨੂੰ ਇਸ ਕਰਕੇ ਪਾਸੇ ਕਰਤਾ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ ਦੂਜੇ ਨੰਬਰ ਤੇ ਸੁਖਜਿੰਦਰ ਸੁਰ ਦਾ ਦਾਵਾ ਸੀ ਇਹਨੇ ਆਖਿਆ ਮੈਂ ਉਹ ਨਹੀਂ ਮੰਨਦਾ ਜੇ ਉਹਨੂੰ ਮਨਾਉਣਾ ਤੇ ਮੈਂ ਸਿੱਧਾ ਆਪਣੇ ਘਰ ਚਲ ਜਨਾ ਅਖੀਰ ਚੰਨਜੀ ਸੋ ਚੰਨੀ ਤੇ ਸਮਝੌਤਾ ਹੋ ਗਿਆ ਨੇ ਆਪ ਉਹਨੂੰ ਬਣਾਇਆ ਸੀ ਪਰ ਇਹ ਉਹਦੇ ਨਾਲ ਵੀ ਨਿਭਾ ਨਾ ਸਕਿਆ ਫਿਰ ਕੁੰਝੇ ਲੱਗ ਗਿਆ ਫਿਰ ਇਹਦੇ ਕੋਲ ਪਾਰਟੀ ਪ੍ਰਧਾਨ ਗਈ ਆਗੀ ਸੀ ਚਾਹੁੰਦਾ ਸੀ ਅਗਲੀ ਚੋਣ ਲਈ ਮੈਨੂੰ ਮੁੱਖ ਮੰਤਰੀ ਦੇ ਉੱਤੇ ਦਾ ਉਮੀਦਵਾਰ ਬਣਾ ਦਿਓ ਪਾਰਟੀ ਮੰਨੀ ਨਹੀਂ ਉਹ ਵੀ ਗੱਲ ਗਈ ਹੁਣ ਇਹ ਸਾਰੇ ਕੁਝ ਦੇ ਵਿੱਚ ਇਹਦੇ ਪੈਰ ਨਹੀਂ ਟਿਕ ਸਕੇ ਮੈਂ ਸਮਝਦਾ ਕਿ ਜਿਹੜਾ ਵਿਕਰ ਸਤਕਾਰ ਇਹਦਾ ক্রিকেট ਖਿਡਾਰੀ ਦੇ ਤੌਰ ਤੇ ਲੋਕਾਂ ਵਿੱਚ ਸੀਗਾ ਉਹਨੇ ਖਰਾਬ ਕਰ ਲਿਆ ਜੇ ਇਹ ਲਗਾਤਾਰ ਰਾਜਨੀਤੀ 'ਚ ਰਹੇਗਾ ਤੇ ਇਹਦਾ ਵਕਾਰ ਤੇ ਸਤਕਾਰ ਹੋਰ ਖਰਾਬ ਹੋਵੇਗਾ ਇਹ ਠੀਕ ਮੌਕਾ ਉਹਨੇ ਚੁਣਿਆ ਕਿ ਅਚਾਨਕ ਆਖੇ ਕਿ ਭਰਿਆ ਮੇਲਾ ਛੱਡਣਾ ਚਾਹੀਦਾ ਤੇ ਮੈਂ ਇਹਦੇ 'ਚੋਂ ਸਿਆਸਤ ਤੋਂ ਸੰन्यास ਲੈ ਕੇ ਜਾ ਰਿਹਾ ਜਦਕਿ ਬਾਕੀ ਕੋਈ ਸੰन्यास ਦਾ ਐਲਾਨ ਨਹੀਂ ਕਰ ਰਿਹਾ ਇਹ ਇਸ ਮਾਮਲੇ 'ਚ ਵੀ ਪਹਿਲਾ ਹੋ ਕੇ ਮੈਂ ਭਰਿਆ ਮੇਲਾ ਛੱਡਣ ਲੱਗਾ ਔਰ ਉੱਥੇ ਜਾਵੇਗਾ ਤੇ ਭਾਰਤ ਦੇ ਨੌਜਵਾਨ ਪੰਜਾਬ ਤੋਂ ਲੈ ਕੇ ਉਹ ਪੰਡਿਚੇਰੀ ਤਾਮਿਲਨਾਡੂ ਤੇ ਕੇਰਲਾ ਤੱਕ ਸਾਬਿਤ ਗਿਆ ਗੱਲਾਂ ਭਾਵੇਂ ਬਿਲਕੁਲ ਬੇਲੜਾ ਹਾਸਾ ਵੀ ਹੋਵੇ ਸੁਣਦੇ ਆ ਇੱਤੇ ਖੁਸ਼ ਹੁੰਦੇ ਆ ਇਹਨੇ ਆਪਣਾ ਨੁਕਸਾਨ ਵੀ ਬਹੁਤ ਕਮਾਇਆ ਕਰਾਇਆ ਕਮਾਈ ਉਹਦੀ ਕਰੋੜਾਂ ਦੀ ਹੁੰਦੀ ਸੀ ਉਸ ਪ੍ਰੋਗਰਾਮ ਤੇ ਜਿਹੜੇ ਸਾਰੀ ਛੱਡ ਕੇ ਆਇਆ ਉੱਥੋਂ ਆ ਕੇ ਦੇ ਪੱਲੇ ਕੁਛ ਨਹੀਂ ਪਿਆ ਜੇ ਹੁਣੇ ਮੁੜ ਕੇ ਜਾਂਦਾ ਮੈਨੂੰ ਬਾਕੀਆਂ ਦਾ ਪਤਾ ਨਹੀਂ ਮੇਰੀਆਂ ਸ਼ੁਭ ਕਾਮਨਾਵਾਂ ਹੋਣਗੀਆਂ ਇਹ ਰਾਜਨੀਤੀ ਖਾਸ ਕਰਕੇ ਪੰਜਾਬ ਵਿੱਚ ਜਿੱਦਾਂ ਦੀ ਰਾਜਨੀਤੀ ਚੱਲਦੀ ਆ ਉਹ ਨਵਜੋਤ ਸਿੰਘ ਸਿੱਧੂ ਵਰਗੇ ਦੇ ਵਸ ਦੀ ਗੱਲ ਹੈ ਨਹੀਂ ਇੱਥੇ ਰਿਹਾ ਤੇ ਇਹਦੇ ਨਾਲ ਸਿੰਘ ਫਸਾਉ ਉਹਦੇ ਨਾਲ ਸਿੰਘ ਫਸਾਉ ਅੱਕੀ ਪਲਾਈ ਟਕਰਾਂ ਬਾਅਦ ਜਿਹਦੇ ਪੱਲੇ ਕੁਝ ਪੈਣਾ ਨਹੀਂ ਬਿਹਤਰ ਹੈ ਕਿ ਵੇਲੇ ਸਰ ਉਧਰ ਚਲਾ ਜਾਵੇ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਪੰਨ ਸਾਹਿਬ ਦੂਸਰੇ ਪਾਸੇ ਜਿੱਥੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਲੋਕੀ ਵੱਖੋ ਵੱਖ ਤਰੀਕੇ ਦੇ ਨਾਲ ਵਧਾਈਆਂ ਦੇ ਰਹੇ ਨੇ ਪਿਆਰ ਭੇਜ ਰਹੇ ਨੇ ਪਰ ਉੱਥੇ ਹੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੈਰੀਫਿਕੇਸ਼ਨ ਦੇ ਚੱਕਰ ਚ ਫਸ ਗਿਆ ਨੇ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਜੀ ਮੈਂ ਸਭ ਦਾ ਉਹਨਾਂ ਦਾ ਇਕਲੌਤਾ ਪੁੱਤ ਸੀ ਬਹੁਤ ਛੋਟੀ ਉਮਰ ਤੇ ਚੜਿਆ ਦੁਨੀਆ ਭਰ ਤੇ ਛਾ ਗਿਆ ਪੰਜਾਬੀ ਜਿਹੜੀ ਗਾਇਕੀ ਦਾ ਖੇਤਰ ਆ ਉਹਦੇ ਵਿੱਚ ਵੀ ਉਹਦੀ ਤੁਮ ਹਿੰਦੀ ਵਿੱਚ ਵੀ ਤੁਮ ਪਰ ਕਮਾਲ ਦੀ ਗੱਲ ਇਹ ਆ ਕਿ ਦੂਸਰੇ ਦੇਸ਼ਾਂ ਦੇ ਦੂਸਰੀਆਂ ਬੋਲੀਆਂ ਬੜੇ ਜਿਹੜੇ ਲੋਕ ਇਹਦੀ ਭਾਸ਼ਾ ਨਹੀਂ ਸੀ ਸਮਝਦੇ ਜੀ ਉਹ ਵੀ ਇਹਦੇ ਗਾਣੇ ਸੁਣ ਕੇ ਨੱਚਦੇ ਸੀ ਉਹਨਾਂ ਨੇ ਵੀ ਇਹਦਾ ਦੁੱਖ ਮਨਾਇਆ ਬਹੁਤ ਜ਼ਿਆਦਾ ਦੁੱਖ ਮਨਾਇਆ ਗਿਆ ਉਹ ਗੱਲ ਬਹੁਤ ਵੱਡਾ ਦੁਖਾਂਤ ਸੀ ਮੈਂ ਇਹਦਾ ਕਦੇ ਪ੍ਰਸ਼ੰਸਕ ਨਹੀਂ ਸੀ ਰਿਹਾ ਸਿੱਧੂ ਮੂਸੇਵਾਲੇ ਦਾ ਤੇ ਮੈਂ ਉਹਦਾ ਕਦੇ ਕੱਟੜ ਵਿਰੋਧੀ ਵੀ ਨਹੀਂ ਰਿਹਾ ਕਦੇ ਇੱਕ ਅੱਧੇ ਉਹਦੇ ਗਾਣੇ ਦੀ ਨੁਕਤਾਚੀ ਨਹੀਂ ਜਦੋਂ ਸਾਰੇ ਪਾਸੇ ਹੋਈ ਤੇ ਮੈਂ ਵੀ ਇੱਕ ਅੱਧਾ ਲਫ਼ਜ਼ ਆਖਦਾ ਉਹ ਪਰ ਉਹਦਾ ਮੈਂ ਗਾਣੇ ਉਹਦੇ ਕੋ ਬਹੁਤਾ ਧਿਆਨ ਨਾਲ ਸੁਨੇ ਵੀ ਨਹੀਂ ਤੇ ਮੈਂ ਗਾਣੇ ਉਹਦੇ ਕਦੇ ਵਿਰੋਧ ਵੀ ਨਹੀਂ ਕੀਤਾ ਉਦੇ ਮਾਪੇ ਬਾਪ ਨੂੰ ਬਹੁਤ ਵੱਡਾ ਸਦਮਾ ਪੁੱਜਿਆ ਹੁਣ ਉਹਨਾਂ ਨੇ ਹੌਲੀ ਹੌਲੀ ਇਹ ਫੈਸਲਾ ਕਰ ਲਿਆ ਕਿ ਭਾਵੇਂ ਇਸ ਉਮਰ ਵਿੱਚ ਜਿੱਦਾਂ ਵੀ ਹੋਵੇ ਅਸੀਂ ਇੱਕ ਵਾਰੀ ਫੇਰ ਘਰ ਦੇ ਵਿੱਚ ਇੱਕ ਉਹੀ ਸ਼ੁਭਨਾਮ ਸ਼ੁਭਦੀਪ ਨਾਮ ਵਾਲਾ ਦੂਸਰਾ ਸ਼ੁਭਦੀਪ ਪੈਦਾ ਕਰਨਾ ਉਹਨਾਂ ਸਾਇੰਸ ਦੀ ਮਦਦ ਲਈ ਬੱਚਾ ਪੈਦਾ ਕਰ ਰਿਆ ਹੁਣ ਉਹਦੇ ਉੱਤੇ ਰੌਲਾ ਪੈ ਗਿਆ ਜੀ ਪੰਜਾਬ ਸਰਕਾਰ ਤੰਗ ਕਰਦੀ ਪੰਜਾਬ ਸਰਕਾਰ ਨੇ ਅਖਿਆ ਜੀ ਅਸੀਂ ਨਿਤੰਗ ਕਰਦੇ ਭਾਰਤ ਸਰਕਾਰ ਨੇ ਚਿੱਠੀ ਪਾਈ ਅਸੀਂ ਤੇ ਪੁੱਛਿਆ ਨਹੀਂ ਜੀ ਭਾਰਤ ਸਰਕਾਰ ਕਹਿੰਦੀ ਹੈ ਕਿ ਇਹਦੇ ਵਾਸਤੇ ਜਿਹੜੀ ਉਮਰ ਤੈਅ ਆ ਕਿ ਇਸ ਤਕਨੀਕ ਨਾਲ ਕਿਸੇ ਨੂੰ ਬੱਚਾ ਪੈਦਾ ਕਰਨ ਦੀ ਆਗਿਆ ਦਿੱਤੀ ਜਾਵੇ ਜੀ ਇਹ ਉਸ ਉਮਰ ਹੱਦ ਤੋਂ ਟੱਪ ਚੁੱਕੇ ਆ ਇਹਦੇ ਮਾਪੇ ਨੂੰ ਇਸ ਉਮਰ 'ਚ ਇਸ ਤਰ੍ਹਾਂ ਦਾ ਕੰਮ ਨਹੀਂ ਸੀ ਕਰਨਾ ਚਾਹੀਦਾ ਭਾਰਤ ਸਰਕਾਰ ਦੀ ਰਾਏ ਆ ਕਾਨੂੰਨੀ ਤੌਰ ਤੇ ਉਹ ਠੀਕ ਕਹਿੰਦੇ ਹੋਣਗੇ ਉਹ ਕਹਿੰਦੇ ਜੀ ਅਸੀਂ ਇੱਥੇ ਭਾਰਤ ਵਿੱਚ ਕੀਤਾ ਹੀ ਨਹੀਂ ਵਿਦੇਸ਼ ਵਿੱਚ ਬੱਚਾ ਹੋਇਆ ਤੁਹਾਨੂੰ ਤੇ ਕੀ ਤਰਾਜ ਆ ਭਾਰਤ ਦਾ ਸੀ ਕਾਨੂੰਨੀ ਤੋੜਿਆ ਭਾਰਤ ਸਰਕਾਰ ਨੇ ਇਹੋ ਜੀ ਚਿੱਠੀ ਹੁਣ ਜੂ ਪਾਈ ਇਹ ਤਾਂ ਰੋੜਾ ਪਿੰਦਾ ਸੀ 3-4 ਮਹੀਨੇ ਪਹਿਲਾਂ ਦਾ ਉਦੋਂ ਦਾ ਕਿਉਂ ਨਾ ਪੁੱਛਿਆ ਚੁੱਪਕ ਕੇ ਕੀਤੇ ਰਿਹਾ ਗੁੱਛੀ ਵਟ ਕੇ ਕਿਉਂ ਬੈਠੇ ਰਿਹਾ ਕਿ ਦੇਖਦੇ ਸਨ ਕਿ ਸਿੱਧੂ ਮੂਸੇਵਾਲੇ ਦਾ ਪਰਿਵਾਰ ਸਾਡੇ ਪੱਖ 'ਚ ਚੋਣਾ 'ਚ ਤੁਰ ਪੈਗ ਉਦੋਂ ਦੇ ਬੋਲੇ ਨਹੀਂ ਤੇ ਹੁਣ ਚੋਣਾਂ ਦੇ ਦੌਰਾਨ ਐ ਨਾਨਕੇ ਇਹ ਚਿੱਠੀ ਕੱਢਤੀ ਤੇ ਪੰਜਾਬ ਸਰਕਾਰ ਨੂੰ ਆਖਿਆ ਜਵਾਬ ਦਿਓ ਪੰਜਾਬ ਦੇ ਸਿੱਧ ਸੈਕਟਰ ਤੋਂ ਗਲਤੀ ਹੋਈ ਕਿ ਉਹਨੇ ਮੁੱਖ ਮੰਤਰੀ ਤੋਂ ਪੁੱਛੇ ਗਏ ਰੇਠਾਂ ਕਹਿਤਾ ਕਿ ਤੁਸੀਂ ਪਤਾ ਕਰੋ ਇਹਨੇ ਸਿੱਖਣਾ ਚਾਹੀਦਾ ਕੇਂਦਰ ਸਰਕਾਰ ਦਾ ਇਹ ਕਦਮ ਗਲਤ ਸੀ ਉੱਜ ਮੈਂ ਸਮਝਦਾ ਕਿ ਕੇਂਦਰ ਸਰਕਾਰ ਚਲਾਉਣ ਵਾਲਿਆਂ ਦੇ ਕਈ ਇਹੋ ਜਿਹੇ ਮਾਮਲੇ ਆ ਜਿੱਥੇ ਦੋਗਣਾਪਣ ਹੁੰਦਾ ਉਹਨਾਂ ਦੇ ਆਪਣੇ ਕਈ ਨੌਜਵਾਨਾਂ ਨੇ ਜਿਹੜੇ ਧਰਮ ਦੀ ਉਲੰਘਣਾ ਕਰਕੇ ਤੇ ਦੂਸਰੇ ਧਰਮ ਚ ਉਹ ਵਿਆਹ ਕਰਾਏ ਆ ਜਿਨ੍ਹਾਂ ਨੂੰ ਇਹ ਜਹਾਦ ਕਹਿੰਦੇ ਆ ਉਹਨਾਂ ਚੋਂ ਕੋਈ ਪਾਰਲੀਮੈਂਟ ਮੈਂਬਰ ਆ ਕੋਈ ਮੰਤਰੀ ਆ ਉਹਨਾਂ ਨੂੰ ਇਹ ਪੁੱਛਦੇ ਨਹੀਂ ਤੇ ਦੂਸਰਿਆਂ ਤੇ ਨੀਤੀਆਂ ਠੋਸਦੇ ਆ ਲਾਗੂ ਕਰਦੇ ਆ ਇਸੇ ਤਰ੍ਹਾਂ ਹੀ ਆ ਸਿੱਧੂ ਮੂਸੇਵਾਲੇ ਦੇ ਮਾਪੇ ਦਾ ਮਾਮਲਾ ਇਹਦੇ ਵਿੱਚ ਵੀ ਜਿਹੜੇ ਢੰਗ ਨਾਲ ਉਹਨਾਂ ਨੇ ਲਾਗੂ ਕਰਦਾ ਯਤਨ ਕੀਤਾ ਉਹ ਢੰਗ ਠੀਕ ਨਹੀਂ ਇਹੋ ਜੀ ਟੈਕਨੀਕ ਹੁਣ ਇਹਦੇ ਨਾਲ ਕੇਂਦਰ ਸਰਕਾਰ ਕਿਸੁੱਤੀ ਫਸ ਗਈ ਹੈ ਜੇ ਇਸ ਵੇਲੇ ਇਸ ਫੈਸਲੇ ਦੇ ਉੱਤੇ ਇਸ ਕਦਮ ਦੇ ਉੱਤੇ ਕੇਂਦਰ ਸਰਕਾਰ ਡਟਦੀ ਹੈ ਸਾਰੇ ਭਾਰਤੂਜ ਦੀ ਭੰਡੀ ਹੋਣੀ ਹੈ ਤੇ ਜੇ ਉਹ ਪੈਰ ਪਿੱਛੇ ਖਿੱਚਦੀ ਹੈ ਤੇ ਅੱਗੋਂ ਲਈ ਰਾਹ ਖੁੱਲ ਜਾਣਾ ਕਿ ਇਸ ਉਮਰ ਚ ਵੀ ਭਾਰਤੂਜ ਚ ਬਾਕੀਆਂ ਨੂੰ ਇਹ ਕਦਮ ਚੁੱਕਣ ਦੀ ਆਗਾ ਦੇਣੀ ਪਊ ਫਸਿਆ ਸਿੱਧੂ ਮੂਸੇਵਾਲੇ ਦਾ ਪਰਿਵਾਰ ਨੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਜਿਆਦਾ ਫਸ ਗਿਆ। ਪੰਨੂ ਸਾਹਿਬ ਦੂਸਰੇ ਪਾਸੇ ਬਾਬਾ RAMDEV ਹੋਰਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਮਾਫੀ ਮੰਗੀ ਆ ਜੋ ਇਸ਼ਤਿਹਾਰਾਂ ਦਾ ਮਾਮਲਾ ਉੱਠਿਆ ਸੀ ਉਸ ਮਾਮਲੇ 'ਚ ਅੱਜ ਉਹਨਾਂ ਨੇ ਮਾਫੀ ਮੰਗ ਲਈ ਆ ਇਹ ਕੀ ਹੈ ਜੀ ਪੂਰਾ ਮਾਮਲਾ। ਦੇਖੋ ਸਾਦ ਨੂੰ ਸਾਦਪੁਣਾ ਕਰਨਾ ਚਾਹੀਦਾ ਵਪਾਰ ਕਾਰੋਬਾਰ ਕਰਨ ਵਾਸਤੇ ਦੂਸਰੇ ਲੋਕ ਬਥੇਰੇ ਆ ਪਰ ਇੱਥੇ ਅੱਜਕੱਲ ਸਾਦ ਵੀ ਇਹ ਕੰਮ ਕਰਦੇ ਪਏ ਆ। ਬڑا ਕਾਰੋਬਾਰ ਇਸ ਸਾਧਗਰੀ ਦੇ ਵਿੱਚ ਕਾਰੋਬਾਰ ਜਿਆਦਾ ਫਲਦਾ ਫੁੱਲਦਾ ਇਸ ਕਰਕੇ ਨਹੀਂ ਕਿ ਭਗਵਾਨ ਇਹਨਾਂ ਦੇ ਉੱਤੇ ਕਿਰਪਾ ਕਰਦਾ ਆਸ਼ੀਰਵਾਦ ਕਰਦਾ ਅਸਲ ਗੱਲ ਇਹ ਆ ਕਿ ਭਗਵਾਨ ਦੇ ਨਾਮ ਦੀ ਵਰਤੋਂ ਦੀ ਥਾਂ ਤੇ ਦੁਰਵਰਤੋਂ ਕਰਕੇ ਆਪਣਾ ਕਾਰੋਬਾਰ ਚਮਕਾਉਂਦੇ ਆ ਤੇ ਨੋਟ ਕਮਾਉਂਦੇ ਆ ਜੀ ਇੱਕ ਸ਼੍ਰੀ 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 ਪਦਨਕਨੀਆ ਸ਼੍ਰੀ ਨੌਨ ਵਾਲਾ ਉਹ ਵੀ ਇਹੋ ਜਿਹਾ ਕੰਮ ਕਰਦਾ ਪਿਆ ਇਦਾਂ ਦੇ ਪੰਜ ਹੋਰ ਨੇ ਜਿਨ੍ਹਾਂ ਨੇ ਧਰਮ ਦੇ ਨਾਮ ਤੇ ਮੋਟੀਆਂ ਕਮਾਈਆਂ ਕਰ ਲੀਆਂ ਤੇ ਉਹਨਾਂ ਮੋਟੀਆਂ ਕਮਾਈਆਂ ਵਾਸਤੇ ਜਿਹੜੀ ਪਾਰਟੀ ਥੋੜੀ ਜਿਹੀ ਤਕੜੀ ਹੋਵੇ ਉਹਦੀ ਕੇਂਦਰੀ ਲੀਡਰਸ਼ਿਪ ਨਾਲ ਮਿਲ ਕੇ ਚੱਲਦੇ ਪਹਿਲਾਂ ਚੰਦਰਾ ਸਵਾਮੀ ਲੋਕੀ ਕਹਿੰਦੇ ਉਹਦੇ ਚੰਦਰਾਜ ਸਵਾਮੀ ਉਹ ਵੀ ਦੇਸ਼ ਦੇ ਪ੍ਰਧਾਨ ਮੰਤਰੀਆਂ ਤੱਕ ਜਾਂਦਾ ਹੁੰਦਾ ਸੀ ਉਸ ਤੋਂ ਪਹਿਲਾਂ 73 ਬ੍ਰਹਮਸਿਰੀ ਉਹ ਵੀ ਸਵਾਮੀ ਸੀ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਰਾਜ ਵਿੱਚ ਕਿੰਨਾ ਉੱਭਰਿਆ ਤੇ ਕੀ ਉਹਨੇ ਚੰਦ ਚੜਾਏ ਸਨ ਜੀ ਉਦੋਂ ਬਾਅਦ ਵੀ ਇਦਾਂ ਦੇ ਕਈ ਸਵਾਮੀ ਕਈ ਲੋਕ ਕਈ ਯੋਗੀ ਆਉਂਦੇ ਰਹੇ ਉੱਭਰਦੇ ਰਹੇ ਉਹ ਜੋ ਕੁਝ ਕਰਦੇ ਸਨ ਸਾਰੇ ਥੋੜਾ ਬਹੁਤ ਓਲਾ ਰੱਖਦੇ ਸਨ ਇਹ yogi ਆਇਆ ਤੇ ਇਹਨੇ ਆਉਂਦਿਆਂ ਸਾਰੇ ਦਵਾਈਆਂ ਦਾ ਕਾਰੋਬਾਰ ਇਸ ਢੰਗ ਨਾਲ ਚਲਾਇਆ ਇੱਕ ਇਹਦੇ ਨਾਲ ਬਾਲਕ ਸਿੰਘ ਰਲ ਗਿਆ ਉਸ ਕਾਰੋਬਾਰ ਦੇ ਵਿੱਚ ਉਹਨੇ ਇਹਨਾਂ ਨੇ ਸਾਲ ਨਹੀਂ ਗੁਜ਼ਾਰੇ ਜਿੰਨੇ ਵਿਵਾਦ ਖੜੇ ਕੀਤੇ ਹਰ ਗੱਲ ਦੇ ਵਿੱਚ ਵਾਦ-ਵਿਵਾਦ ਛਿੜਦਾ ਰਿਹਾ ਤੇ ਇਹ ਉਹਦਾ ਵਾਦ-ਵਿਵਾਦਾਂ 'ਚ ਫਸਦਾ ਰਿਹਾ ਜੀ ਇਹਦੀ ਕੰਪਨੀ ਚ ਹੜਤਾਲ ਹੋਈ ਉਹਦਾ ਵੀ ਵਾਦ-ਵਿਵਾਦ ਆ ਜਿਹੜੇ ਗੁਰੂ ਦਾ ਇਹ ਆਸ਼ਰਮ ਸੀ ਜਿੱਥੇ ਜਾ ਕੇ ਬੈਠਾ ਉਹ ਗੁਰੂ ਕਿੱਥੇ ਗਿਆ ਲੱਭਦਾ ਨਹੀਂ ਉਹਦਾ ਵੀ ਵਾਦ-ਵਿਵਾਦ ਆ ਕਈ ਗੱਲਾਂ ਹੋਰ ਨੇ ਤੇ ਇੱਕ ਵਾਰੀ ਜਦੋਂ ਇਹਦੇ ਖਿਲਾਫ ਪਾਰਲੀਮੈਂਟ ਚ ਰੌਲਾ ਪੈ ਰਿਆ ਸੀ ਉਹਦੇ ਜਾ ਕੇ ਲਾਲੂ ਪ੍ਰਸਾਦ ਨੂੰ ਮਿਲਿਆ ਸੀ ਲਾਲੂ ਦੀ ਜ਼ੁਬਾਨੀ ਇਹ ਆ ਕਿ ਇਹਨੇ ਮਨੂ ਜਾ ਕੇ ਆਖਿਆ ਸੀ ਕਿ ਮੇਰਾ ਬਚਾ ਕਰੋ ਮੈਂ ਤੁਹਾਡਾ ਯਾਦਵ ਭਰਾ ਮੈਂ ਬਹੁਤ ਕਸੂਤਾ ਫਸ ਗਿਆ ਤੇ ਅਸੀਂ ਇਹਦਾ ਬਚਾਅ ਕੀਤਾ ਸੀ ਜੀ ਇਹਦਾ ਮਤਲਬ ਲਾਲੂ ਨੂੰ ਵੀ ਵਰਤ ਗਿਆ ਪਰ ਅਗਲੀ ਵਾਰੀ ਫਿਰ ਲਾਲੂ ਨੂੰ ਵਰਤ ਕੇ ਭਾਜਪਾ ਵੱਲ ਪਰਤ ਗਿਆ ਭਾਜਪਾ ਤੋਂ ਇਹਨੇ ਬਹੁਤ ਫਾਇਦੇ ਲੈ ਇਥੋਂ ਤੱਕ ਕਿ ਮਹਾਰਾਜਾ ਪਟਿਆਲਾ ਦਾ ਇੱਕ ਬਹੁਤ ਵੱਡਾ ਭਵਨ ਇੱਕ ਬਹੁਤ ਵੱਡੀ ਬਿਲਡਿੰਗ ਇੱਕ ਮਹਿਲ ਸੀਗਾ ਹਮਾਚਰ ਪ੍ਰਦੇਸ਼ ਦੀ ਹੱਦ 'ਚ ਉਹਨਾਂ ਨੇ ਬੱਚਿਆਂ ਵਾਸਤੇ ਬਾਲ ਭਵਨ ਬਣਾਉਣ ਲਈ ਦਿੱਤਾ ਸੀ ਜਿਨ੍ਹਾਂ ਨੇ ਭਾਜਪਾ ਦੀ ਸਰਕਾਰ ਤੋਂ ਉਹ ਵੀ ਅਲਾਟਮੈਂਟ ਕਰਵਾ ਲਈ ਜਦ ਕਿ ਉਹ ਹੋ ਨਹੀਂ ਸਕਦੀ ਫਿਰ ਇਹਨੇ ਹੋਰ ਕੀ ਕੀ ਕੀਤੇ ਮੈਂ ਸਾਰਿਆਂ ਚਰਚਾ 'ਚ ਨਹੀਂ ਜਾਂਦਾ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਐਲੋਪੈਥੀ ਵਾਲੇ ਡਾਕਟਰਾਂ ਦੇ ਨਾਲ ਇਹਦਾ ਝਗੜਾ ਚੱਲਦਾ ਪਿਆ ਸੀ ਐਲੋਪੈਥੀ ਉਹ ਆ ਜਿਹਨੂੰ ਸਾਡੇ ਪੰਜਾਬੀ ਚ ਅੰਗਰੇਜ਼ੀ ਦਵਾਈਆਂ ਵਾਲਾ ਖੇਤਰ ਕਹਿੰਦੇ ਆ ਇਹਨੇ ਕਹਿਣਾ ਸ਼ੁਰੂ ਕਰਤਾ ਇਹਨਾਂ ਨੂੰ ਕੀ ਆਉਂਦਾ ਜੋ ਕੁਝ ਆਯੁਰਵੈਦ ਜਾਂ ਫਲਾਨ ਢਿੰਗਾ ਉਹਨੇ ਆਖਿਆ ਅਸੀਂ ਕਿਸੇ ਦੀ ਲੱਤ ਟੁੱਟੀ ਹੋਵੇ ਉਹਦੇ ਵਿੱਚ ਨੇਲ ਪਾ ਕੇ ਯਾਨੀ ਸਰੀਆਂ ਪਾ ਕੇ ਕਿੱਲ ਪਾ ਕੇ ਆਪਰੇਸ਼ਨ ਵੀ ਕਰ ਸਕਦੇ ਆ ਤੇਰੀ ਆਯੁਰਵੈਦ ਦੇ ਕਿਹੋ ਜਿਹਾ ਆਪਰੇਸ਼ਨ ਕਰ ਸਕਦੇ ਜੀ ਕਈ ਕੰਨਾਂ ਉਹਨਾਂ ਦੇ ਵਿੱਚ ਚੰਗੀਆਂ ਨੇ ਕੁਝ ਇਹਦੇ ਵਿੱਚ ਵੀ ਆਯੁਰਵੈਦਿਕ ਮਾੜੀ ਨਹੀਂ ਆਯੁਰਵੈਦਿਕ ਵਾਲੇ ਜੇ ਬੰਦੇ ਦੀ ਬੋਲਬਾਣੀ ਮਾੜੀ ਹੈ ਕਿਸੇ ਜੋਗੀ RAMDEV ਦੀ ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਯੁਰਵੈਦਿਕ ਮਾੜੀ ਹੋਗੀ ਜੀ ਇਹ ਤਾਂ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਕੋਈ ਯੁੱਗਾ ਤੋਂ ਭਾਰਤ ਦਾ ਇਲਾਜ ਦਾ ਇੱਕ ਢੰਗ ਰਿਹਾ ਸਾਡੀ ਇਲਾਜ ਪ੍ਰਣਾਲੀ ਰਹੀ ਹੈ ਜੀ ਹੋਮੋਪੈਥੀ ਜਿਹੜੀ ਜਰਮਨੀ ਵੱਲੋਂ ਉੱਠੀ ਤੇ ਸਾਰੀ ਦੁਨੀਆ ਤੇ ਛਾ ਗਈ ਉਹ ਭਾਰਤ ਵਿੱਚ ਵੀ ਆ ਗਈ ਦਵਾਈ ਤੇ ਉਹ ਵੀ ਚੰਗੀ ਹੈ ਸੀ ਉਹਨੂੰ ਮਾੜੀ ਨਹੀਂ ਕਹਿ ਸਕਦੇ ਕੁਝ ਲੋਕ ਉਹਦੇ ਵੀ ਖਿਲਾਫ ਬੋਲੀ ਜਾਂਦੇ ਆ ਪਰ ਉਹਦੇ ਆਪਣੇ ਫਾਇਦੇ ਨੇ ਇਹ ਸਾਰਿਆਂ ਦੇ ਅੱਡੋ-ਅੱਡੇ ਸੋਈ ਦਾ ਕੰਮ ਤਲਵਾਰ ਨਹੀਂ ਕਰ ਸਕਦੀ ਤਲਵਾਰ ਦਾ ਕੰਮ ਸੋਈ ਨਹੀਂ ਕਰ ਸਕਦੀ ਪਰ ਇਹ ਬਾਬਾ ਕਹਿੰਦਾ ਕਿ ਜਦੋਂ ਮੈਂ ਆ ਗਿਆ ਤੇ ਬਾਕੀਆਂ ਦੀ ਇੱਥੇ ਕਿ ਲੋੜ ਮੈਂ ਹੂੰ ਨਾ ਪਤਾ ਨਹੀਂ ਇਹੋ ਫਿਲਮ ਵਹਿਲੀ ਮੈਂ ਹੂੰ ਨਾ ਇਹ ਪਿਛਲੇ ਸਮੇਂ 'ਚ ਉਹਨਾਂ ਦੇ ਖਿਲਾਫ ਬਹੁਤ ਬੋਲਿਆ ਉਹ ਕੇਸ ਪਰ ਚੱਲਿਆ ਗਿਆ ਸੁਪਰੀਮ ਕੋਰਟ 'ਚ ਉੱਥੇ ਮੰਨ ਕੇ ਆਏ ਨਹੀਂ ਕਰੂੰਗਾ ਨੇ ਫਿਰ ਆ ਕੇ ਇਸ਼ਤਿਹਾਰ ਦੇਣੇ ਸ਼ੁਰੂ ਕਰਤੇ ਐਲੋਪੈਥੀ ਦੇ ਖਿਲਾਫ ਉਹਨੂੰ ਮਾਮਲਾ ਜਿਹੜਾ ਆ ਗਿਆ ਫਿਰ ਅਦਾਲਤ ਵਿੱਚ ਸੁਪਰੀਮ ਕੋਰਟ ਵਿੱਚ ਜਾ ਕੇ ਇੱਕ ਵਾਰੀ ਫਿਰ ਪਤੰਜਲੀ ਵਾਲੇ ਦੇ ਉਸ ਅਧਾਰੇ ਨੇ ਯਾਨੀ ਕਿ ਰਾਮਦੇਵ ਨੇ ਤੇ ਇਹਦੇ ਚੇਲਾ ਨੰਬਰ 1 ਜਿਹੜਾ ਹੈਗਾ ਬਾਲਕ੍ਰਿਸ਼ਨ ਉਹਨਾਂ ਨੇ ਮਾਫੀ ਮੰਗ ਲਈ ਅਤੇ ਅਗੋਂ ਲਈ ਵਾਅਦਾ ਕਰ ਲਿਆ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਾਂਗੇ ਇਹੋ ਜਿਹੀ ਕੋਈ ਐਡ ਜਾਰੀ ਨਹੀਂ ਕਰਾਂਗੇ ਅਸੀਂ ਐਲੋਪੈਥੀ ਦੇ ਖਿਲਾਫ ਪ੍ਰਚਾਰ ਨਹੀਂ ਕਰਾਂਗੇ ਜੀ ਮੈਨੂੰ ਇਸ ਬਾਬੇ ਦੇ ਵਾਅਦੇ ਤੇ ਯਕੀਨ ਕੋਈ ਨਹੀਂ ਕਿਉਂਕਿ ਬਾਬਾ ਬੜੀ ਚੀਜ਼ ਆ ਬੜਾ ਤਿਲਕਵਾ ਅੱਜ ਇਧਰ ਨੂੰ ਵਾਅਦਾ ਕਰਦਾ ਤੇ ਉਧਰ ਨੂੰ ਭੱਜ ਜਾਂਦਾ ਇਹਨੇ ਫਿਰ ਪਤਾ ਨਹੀਂ ਕਦੋਂ ਕਿਹੜੇ ਪਾਸੇ ਨੂੰ ਤਿਲਕ ਜਾਣਾ ਪਰ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਕਿਉਂਕਿ ਇਹਨੇ ਉੱਥੇ ਜਾ ਕੇ ਇੱਕ ਕਿਸਮ ਦਾ ਵਾਅਦਾ ਕੀਤਾ ਉਸ ਅਦਾਲਤ ਵਿੱਚ ਵੀ ਜੇ ਵਾਅਦਾ ਕਰਕੇ ਮੁੱਕਰ ਜਾਵੇ ਤੇ ਫਿਰ ਕੁਝ ਕਰਿਆ ਨਹੀਂ ਜਾ ਸਕਦਾ ਇਹ ਯਕੀਨਤਾ ਕਰਨਾ ਪਵੇਗਾ ਉਂਝ ਭਾਰਤ ਦੇ ਲੋਕਾਂ ਨੂੰ ਯਕੀਨ ਆਉਣਾ ਹੈ ਓੱਖਾ ਕੇ ਬਾਬਾ ਵਾਦੇ ਤੇ ਪੂਰਾ ਉਤਰੂਗਾ। ਪੰਨੂ ਸਾਹਿਬ ਦੂਸਰੇ ਪਾਸੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਆ ਜਿਸ ਦੇ ਵਿੱਚ ਮਲਿਕਾ ਅਰਜਨ ਖੜਗੇ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਮੌਜੂਦ ਸਨ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਨੇ। ਅਸੀਂ ਚੋਣਾਂ ਕਿਵੇਂ ਲੜਾਂਗੇ? ਇਸ ਪੂਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਪਰਮਜੀ ਜੀ ਗੱਲ ਇਹ ਆ ਕਿ ਜਿਹੜਾ ਇਹ ਤਰੀਕਾ ਵਰਤਿਆ ਜਾ ਰਿਹਾ ਅੱਜ ਭਾਜਪਾ ਵਰਤਦੀ ਹੈ ਜੇ ਭਾਰਤੀ ਜਨਤਾ ਪਾਰਟੀ ਦੇ ਬਜਾਇ ਉੱਥੇ ਕਾਂਗਸ ਦਾ ਰਾਜ ਹੁੰਦਾ ਤੇ ਉਹ ਵਰਤਣਾ ਚਾਹੁੰਦੀ ਤੇ ਉਹ ਵੀ ਇਹਨਾਂ ਦੇ ਖਿਲਾਫ ਇਸੇ ਕਿਸਮ ਦੇ ਬਹੁਤ ਸਾਰੇ ਨੁਕਤੇ ਲੱਭ ਸਕਦੀ ਪਰ ਉਹ ਇੱਸਾ ਤੱਕ ਕਦੇ ਗਈ ਨਹੀਂ ਸੀ ਜਿਹੜੀ ਹੱਦ ਤੱਕ ਇਹ ਚਲੇ ਗਏ ਜੇ ਇਦਾਂ ਕਰਨਾ ਹੁੰਦਾ ਤੇ ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਬਹੁਤ ਕੁਝ ਲੱਭ ਸਕਦੀਆਂ ਹੁੰਦੀਆਂ ਤੇ ਹਰ ਪਾਰਟੀ ਦੇ ਖਿਲਾਫ ਬਥੇਰਾ ਕੁਝ ਪਿਆ ਹੁੰਦਾ ਤੇ ਇਹਨਾਂ ਨੇ ਟੈਕਸਾਂ ਦਾ ਮੁੱਦਾ ਬਹੁਤ ਕਸੂਤੇ ਵਕਤ ਤੱਕ ਚੁੱਕ ਕੇ ਖੱਤੇ ਉਹਨਾਂ ਦੇ ਤਸੀਲ ਕਰਾਏ ਜੀ ਹੁਣ ਸਵਾਲ ਇਹ ਹੈ ਕਿ ਜਿਹੜੀ ਪਾਰਟੀ ਚੋਣਾਂ ਲੜਨ ਜਾ ਰਹੀ ਹੈ ਸਾਰੇ ਦੇਸ਼ ਦੇ ਵਿੱਚ ਉਹਦੀ ਇਸ ਤਰ੍ਹਾਂ ਘੇਰਾਬੰਦੀ ਕਰਦੇ ਹੋ ਕਿ ਉਹ ਚੋਣੇ ਨਾਲ ਲੜ ਸਕੇ ਪਹਿਲਾਂ ਉਹਨਾਂ ਦੇ ਸਭ ਤੋਂ ਸੀਨੀਅਰ ਜਿਹਨੂੰ ਲੀਡਰ ਗਿਣੀ ਜਾਂਦੇ ਮੈਂ ਤੇ ਉਹਨੂੰ ਸਭ ਤੋਂ ਸੀਨੀਅਰ ਮੰਨਦਾ ਨੇ ਰਾਹੁਲ ਗਾਂਧੀ ਉਹਨੂੰ ਕਿਸਾਂ ਚ ਇਹੋ ਜਿਹਾ ਉਲਝਾਇਆ ਗਿਆ ਕਿ ਇੱਕ ਪੁੱਛੋ ਦੂਸਰਾ ਅਖੀਰ ਇਹ ਕੋਸ਼ਿਸ਼ ਕੀਤੀ ਗਈ ਕਿ ਉਹ ਜੇਲ੍ਹ ਭੇਜ ਦਿੱਤਾ ਜਾਵੇ ਉਹਦੀ ਪਾਰਲੀਮੈਂਟ ਮੈਂਬਰੀ ਕਾਰਜ ਵੀ ਕਰਾਤੀ ਬਹੁਤ ਕੁਝ ਹੋਇਆ ਉਹ ਵੀ ਕੋਸ਼ਿਸ਼ ਇਹੋ ਸੀ ਹੁਣ ਇਹ ਤੱਤਿਆਂ ਪਾਣੀਆਂ ਨਾਲ ਘਰ ਛਾੜਨ ਦੀ ਉਹ ਕੋਸ਼ਿਸ਼ ਆ ਜਿਹੜੀ ਦੇਸ਼ ਦੇ ਲੋਕਾਂ ਨੂੰ ਸ਼ਾਇਦ ਪਸੰਦ ਨਾ ਆਵੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨੂੰ ਇਹ ਚੋਣਾਂ ਦੇ ਮੌਕੇ ਚੋਣਾਂ ਦੇ ਇਸ ਅਖਾੜੇ 'ਚੋਂ ਬਾਹਰ ਧੱਕਣ ਵਾਸਤੇ ਜਿਹੜਾ ਸਿੱਧਾ ਤਰੀਕਾ ਕੋਈ ਨਹੀਂ ਵਰਤਿਆ ਗਿਆ ਤੇ ਕਾਨੂੰਨੀ ਤਰੀਕੇ ਵਰਤ ਕੇ ਕਾਨੂੰਨੀ ਮਸ਼ੀਨਰੀ ਨੂੰ ਵਰਤ ਕੇ ਉਹਨੂੰ ਇਹੋ ਜਿਹਾ ਉਲਝਾਇਆ ਜਾ ਰਿਹਾ ਕਿ ਉਹ ਅਖਾੜੇ ਵਿੱਚ ਦਿਖਾਈ ਨਾ ਦੇਵੇ ਸਾਡੇ ਗਵਾਂਡ ਅੱਗੇ ਇੱਕ ਦੇਸ਼ ਵਿੱਚੇ ਹੋ ਚੁੱਕਾ ਕਿ ਜਿਹੜੇ ਦੇਸ਼ ਵਿੱਚ ਸਭ ਤੋਂ ਵੱਡੀ ਪਾਰਟੀ ਗਣੀ ਜਾਂਦੀ ਸੀ ਬਾਕੀ ਦੀਆਂ ਸਾਰੀਆਂ ਨੇ ਰਲ ਕੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਕਿ ਉਹ ਪਾਰਟੀ ਚੋਣਾ ਲੜਨ ਯੋਗ ਨਹੀਂ ਰਹਿ ਗਈ ਜਿਹੜੇ ਉਹਨਾਂ ਦੇ ਬੰਦੇ ਚੋਣਾ ਲੜੇ ਤੇ ਉਹ ਸਾਰੇ ਅਜਾੜ ਡਿਕਲੇਅਰ ਕਰ ਦਿੱਤੇ ਤਾਂ ਕਿ ਪਹਿਲਾਂ ਚੋਣਾ ਲੜਨ ਤੋਂ ਰੋਕਿਆ ਜਾ ਸਕੇ ਫਿਰ ਲੜਨ ਤੋਂ ਬਾਅਦ ਜਿੱਤ ਵੀ ਗਿਆ ਤੇ ਇੱਕ ਪਾਰਟੀ ਦੇ ਖਲੋਕ ਤੌਰ ਤੇ ਖਲੋਕ ਕੇ ਜਿਹੜੇ ਪਾਰਟੀ ਦੇ ਹੱਕ ਆ ਨਾਮਿਨੇਸ਼ਨਾਂ ਤੇ ਹੋਰ ਗੱਲਾਂ 'ਚ ਉਹ ਦੇਣ ਤੋਂ ਨਾ ਕੀਤੀ ਜਾ ਸਕੇ ਉਹਦੀ ਦੁਨੀਆ ਪਰਚ ਬਦਨਾਮੀ ਹੋਈ ਐ ਇਸ ਮੌਕੇ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਰਾਜ ਹੈ ਕੁਝ ਵੀ ਕਰਨਗੇ ਕਾਨੂੰਨੀ ਤੌਰ ਤੇ ਇਹਨਾਂ ਕੋਲ ਅਧਿਕਾਰ ਹੈਗੇ ਆ ਤੇ ਜੇ ਉਹਨਾਂ ਅਧਿਕਾਰਾਂ ਸਰਨ ਵਿਰਤ ਕੇ ਤੁਰੇ ਜਾਣ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਇੱਥੋਂ ਤੱਕ ਜਾ ਨਹੀਂ ਸਕੀ ਇਹ ਜਿੱਥੋਂ ਤੱਕ ਗਏ ਉਹਦੇ ਤੋਂ ਵੀ ਬਹੁਤ ਅੱਗੇ ਤੱਕ ਜਾ ਸਕਦੇ ਆ ਪਰ ਸਵਾਲ ਇਹ ਨਹੀਂ ਕਿ ਕਾਨੂੰਨੀ ਨੁਕਤੇ ਕੀ ਆ ਸਵਾਲ ਇਹ ਨਹੀਂ ਕਿ ਭਾਜਪਾ ਕੀ ਕਰਦੀ ਆ ਸਵਾਲ ਇਹ ਨਹੀਂ ਕਿ ਕਾਂਗਰਸ ਕੀ ਕਹਿੰਦੀ ਐ ਤੋਂ ਵੱਡਾ ਸਵਾਲ ਇਹ ਆ ਕਿ ਭਾਰਤ ਦਾ ਲੋਕਤੰਤਰ ਜਿਹਨੂੰ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਹਾਂ ਉਹਦੇ ਬਾਰੇ ਦੁਨੀਆ ਕੀ ਕਹੇਗੀ ਜੇ ਦੁਨੀਆ ਇਹੋ ਕੁਝ ਕਹਿਣ ਲੱਗ ਪਈ ਆ ਸਭ ਕੁਝ ਠੀਕ ਨਹੀਂ ਹੋਇਆ ਤੇ ਕੱਲ ਨੂੰ ਗੱਲਾਂ ਹੋਣ ਲੱਗ ਪੀਆਂ ਤੇ ਫਿਰ ਚਿਹਰਾ ਕਿਹਦਾ ਤੋ ਆਖਿਆ ਜਾਣਾ ਕਿਸੇ ਇੱਕ ਪਾਰਟੀ ਜਾਂ ਦੂਸਰੀ ਦਾ ਨਹੀਂ ਕਿ ਇੱਕ ਕਿਸੇ ਇੱਕ ਲੀਡਰ ਜਾਂ ਦੂਸਰੇ ਦਾ ਨਹੀਂ ਇਹਦੇ ਨਾਲ ਸਮੁੱਚੇ ਤੌਰ ਤੇ ਭਾਰਤ ਦਾ ਜਿਹੜਾ ਲੋਕਤੰਤਰ ਆ ਭਾਰਤ ਦਾ ਜਿਹੜਾ ਚੋਣਾਂ ਦਾ ਸਿਸਟਮ ਹੁਣ ਤੱਕ ਚੱਲਦਾ ਆ ਆਜ਼ਾਦੀ ਵੇਲੇ ਤੋਂ ਲੈ ਕੇ ਉਹ ਸਾਰੇ ਸਿਸਟਮ ਦਾ ਅਕਸਰ ਖਰਾਬ ਹੋ ਜਾਵੇਗਾ ਮੈਂ ਦੀਆਂ ਤਕਨੀਕੀ ਗੱਲਾਂ ਕਾਨੂੰਨੀ ਨੁਕਤਿਆਂ 'ਚ ਨਹੀਂ ਪੈਂਦਾ ਪਰ ਮੈਂ ਸਮਝਦਾ ਕਿ ਜੋ ਕੁਝ ਇਸ ਵळे ਭਾਰਤੀ ਜਨਤਾ ਪਾਰਟੀ ਸਰਕਾਰ ਕਰਦੀ ਪਈ ਇੱਥੋਂ ਤੱਕ ਨਹੀਂ ਜਾਣਾ ਚਾਹੀਦਾ ਚੋਣਾਂ ਨੂੰ ਚੋਣਾਂ ਰਹਿਣ ਦੇਣਾ ਚਾਹੀਦਾ ਇਸ ਘਾਤ ਤੱਕ ਜਾਣਗੇ ਤੇ ਸ਼ਾਇਦ ਦੇਸ਼ ਦੇ ਲੋਕਾਂ ਨੂੰ ਗੱਲ ਪਸੰਦ ਨਾ ਆਵੇ ਜੀ ਪੰਨ ਸਾਹਿਬ ਦੂਸਰੇ ਪਾਸੇ ਪਾਕਿਸਤਾਨ ਦੇ ਵਿੱਚ ਇੱਕ ਵੱਡਾ ਅਤਵਾਦੀ ਹਮਲਾ ਆਇਆ ਗਵਾਦਰ ਬੰਦਰਗਾਹ ਦੇ ਉੱਪਰ ਬੜਾ ਵੱਡਾ ਹਮਲਾ ਹੋਇਆ ਤੇ ਉਹ ਇਹ ਵੀ ਕਹਿੰਦੇ ਨੇ ਕਿ ਅਸੀਂ ਅੱਤਵਾਦੀ ਜਿਹੜੇ ਆ ਉਹ ਮਾਰ ਦਿੱਤੇ ਨੇ ਇਹ ਪੂਰੀ ਕੀ ਖਬਰ ਹੈ ਇਹ ਕੀ ਮਾਮਲਾ ਹੈ ਜੀ ਪੂਰਾ ਤੁਹਾਨੂੰ ਯਾਦ ਹੋਵੇਗਾ ਦੋ ਤਿੰਨ ਦਿਨ ਪਹਿਲਾਂ ਇੱਥੋਂ ਪਾਕਿਸਤਾਨ ਦੀ ਫੌਜ ਨੇ 에ਅਰ ਸਟ੍ਰਾਈਕ ਕਰਕੇ ਅਫਗਾਨਿਸਤਾਨ ਦੇ ਵਿੱਚ ਅੱਤਵਾਦੀਆਂ ਤੇ ਹਮਲਾ ਕੀਤਾ ਸੀ ਜਦੋਂ ਉਸ ਖਬਰ ਦੀ ਚਰਚਾ ਕੀਤੀ ਤੇ ਮੈਂ ਉਦੋਂ ਵੀ ਆਖਿਆ ਸੀ ਕਿ ਇਹਨਾਂ ਦਾ ਆਪਸੀ ਟਕਰਾਅ ਚੱਲ ਪਿਆ ਪਹਿਲਾਂ 1978 ਤੋਂ ਲੈ ਕੇ ਇਹ ਅਫਗਾਨਿਸਤਾਨ ਦੇ ਤਾਲਿਬਾਨ ਨੂੰ ਤਾਲਿਬਾਨ ਤੋਂ ਪਹਿਲਾਂ ਉਹਨਾਂ ਦੇ ਵੱਡੇ ਜਹਾਦੀ ਹੁੰਦੇ ਸਨ ਮੁਜਾਹਿਦਿਨ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਰੱਖ ਕੇ ਪਾਲਦੇ ਰਹੇ ਫਿਰ ਇੱਥੇ ਹੀ ਇਹਨਾਂ ਨੇ ਅਤਵਾਦ ਪੈਦਾ ਕੀਤਾ ਦੁਨੀਆ ਭਰ ਚ ਅਤਵਾਦੀਆਂ ਨੂੰ ਭੇਜਦੇ ਰਹੇ ਹੁਣ ਤਾਲਿਬਾਨ ਦੇ ਵਿੱਚੋਂ ਇੱਕ ਗਰੁੱਪ ਤਹਿਰੀਕੇ ਤਾਲਿਬਾਨ ਪਾਕਿਸਤਾਨ ਉੱਠ ਪਿਆ ਉਹ ਸਿਰਫ ਪਾਕਿਸਤਾਨ ਦੇ ਖਿਲਾਫ ਹਮਲੇ ਕਰਦੇ ਆ ਉਹਨਾਂ ਨੂੰ ਬਾਹਰ ਅਫਗਾਨਿਸਤਾਨ ਦੀ ਸ਼ਹਿਰ ਪਰ ਇਹਨਾਂ ਦੇ ਆਪਣੇ ਅੰਦਰ ਵੀ ਤਾਂ ਬਲੋਚ ਗਰੁੱਪ ਹੈਗੇ ਨੇ ਜਿਹੜੇ ਲਗਾਤਾਰ ਲੜਦੇ ਆ ਗਵਾਦਰ ਦੀ ਬੰਦਰਗਾਹ ਜਿਹੜੇ ਇਲਾਕੇ 'ਚ ਜੀ ਉੱਥੋਂ ਦੇ ਲੋਕਾਂ ਨੂੰ ਇਹ ਪਸੰਦ ਨਹੀਂ ਕਿ ਇਹ ਬੰਦਰਗਾਹ ਚੀਨ ਨੂੰ ਸੌਂਪੀ ਜਾਵੇ ਪਾਕਿਸਤਾਨ ਸਰਕਾਰ ਨੇ ਬੰਦਰਗਾਹ ਨੂੰ ਸੌਂਪ ਦਿੱਤੀ ਉੱਤੇ ਜੋ ਕੰਮ ਚੱਲਦਾ ਪਿਆ ਆਮ ਲੋਕ ਕਹਿੰਦੇ ਅੱਜ ਸਾਡੇ ਕਲਚਰ ਤੇ ਸਾਡੇ ਸਭਿਆਚਾਰ ਤੇ ਬਹੁਤ ਵੱਡਾ ਹਮਲਾ ਹੋ ਰਿਹਾ ਉਹ ਇਹਦਾ ਵਿਰੋਧ ਕਰਦੇ ਐਸ ਵਾਰੀ ਉਹਨਾਂ ਨੇ ਫੇਰ ਉਸ ਹਮਲੇ ਦੇ ਵਿਰੋਧ ਵਿੱਚ ਉਸ ਬੰਦਰਗਾਹ ਤੇ ਹਮਲਾ ਕੀਤਾ ਫੌਜੀ ਟਿਕਾਣਿਆਂ ਤੇ ਹਮਲਾ ਕੀਤਾ ਸ਼ਾਇਦ ਚੀਨ ਦੇ ਵੀ ਉੱਥੇ ਇੰਜੀਨੀਅਰ ਤੇ ਵਰਕਰ ਆਗੇ ਸਨ ਸਰਕਾਰ ਇਹ ਤਾਂ ਦੱਸ ਦਿੱਤੀ ਆ ਕਿ ਫੌਜ ਨਾਲ ਮੁਕਾਬਲੇ 'ਚ 8 ਅੱਤਵਾਦੀ ਮਾਰੇ ਗਏ ਇਹ ਖਬਰਾਂ ਨੇ ਕਿ ਉੱਥੇ ਬੰਬ ਧਮਾਕੇ ਹੋਏ ਇਹ ਖਬਰਾਂ ਨੇ ਕਿ ਉੱਥੇ ਆ ਹੋਇਆ ਉਹ ਹੋਇਆ ਉਹਨਾਂ ਨੇ ਬਹੁਤ ਵੱਡੀ ਗੋਲੀਬਾਰੀ ਕੀਤੀ ਜੇ ਬੰਬ ਧਮਾਕੇ ਵੀ ਹੋਏ ਗੋਲੀਬਾਰੀ ਵੀ ਹੋਈ ਤੇ ਕਿਉਂ ਸਿਰਫ ਕੰਧਾਂ ਨੂੰ ਟੱਕਰਾਂ ਮਾਰ ਦੇ ਰਹੇ ਨੇ ਨੁਕਸਾਨ ਤੇ ਕੁਝ ਉਹਨਾਂ ਵੀ ਕੀਤਾ ਹੋ ਸਕਦਾ ਹੈ ਅਸੀਂ ਪਾਕਿਸਤਾਨ ਦਾ ਕੋਈ ਨੁਕਸਾਨ ਹੋਇਆ ਵੇਖ ਕੇ ਖੁਸ਼ ਨਹੀਂ ਹੋ ਸਕਦੇ ਗਵਾਂਡ ਮੱਥਾ ਅਸੀਂ ਉਹਨਾਂ ਦੇ ਹਮੇਸ਼ਾ ਤੋਂ ਸੁੱਖ ਮੰਗਦੇ ਰਹੇ ਹੁਣ ਵੀ ਸੁੱਖ ਮੰਗਦੇ ਆ ਜੇ ਨੁਕਸਾਨ ਹੋਇਆ ਵੀ ਹੋਵੇ ਤੇ ਅਸੀਂ ਸੁੱਖ ਮੰਗਾਂਗੇ ਕਿ ਬਹੁਤਾ ਨਾ ਹੋਇਆ ਹੋਵੇ ਘੱਟ ਹੋਇਆ ਹੋਵੇ ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਜਿਹੜਾ ਆਪ ਸੱਪਾਂ ਨੂੰ ਪਾਲਦਾ ਅੱਜ ਨਹੀਂ ਭੜਕੇ ਸੀ ਕਿਸੇ ਨਾ ਕਿਸੇ ਵਕਤ ਸੱਪ ਨੇ ਉਹਨੂੰ ਵੀ ਡੰਗ ਮਾਰ ਦੇਣਾ ਹੁੰਦਾ ਇਹ ਸੱਪ ਜਿੰਨੇ ਮਰਜ਼ੀ ਸਿਖਾ ਲਿਓ ਦੂਸਰੇ ਘਰਾਂ 'ਚ ਜਾ ਕੇ ਡੰਗ ਨਹੀਂ ਮਾਰਦੇ ਇਹਨਾਂ ਦੇ ਜਿਸ ਢੰਗ ਨਾਲ ਅੱਤਵਾਦ ਨੂੰ ਪਾਲਿਆ ਸੀ ਤੇ ਦੁਨੀਆ ਭਰ ਦੇ ਵਿੱਚ ਜਿਹੜੇ ਦੇਸ਼ਾਂ ਤਰੱਕੀ ਕਰਦੀਆਂ ਤੇ ਟੂਰਿਜ਼ਮ ਦੀ ਇੰਡਸਟਰੀ ਨਾਲ ਤਰੱਕੀ ਕਰਦੇ ਆ ਪਾਕਿਸਤਾਨ ਦੀ ਸਰਕਾਰ ਨਹੀਂ ਪਾਕਿਸਤਾਨ ਦੀਆਂ ਸਾਰੀਆਂ ਸਰਕਾਰਾਂ ਨੇ ਟੂਰਿਜ਼ਮ ਦੇ ਬਜਾਏ ਟੈਰਰਿਜ਼ਮ ਡਵੈਲਪ ਕੀਤਾ ਸੀ ਉਹ ਹੱਥਾਂ ਦੀਆਂ ਦਿੱਤੀਆਂ ਗੰਢਾਂ ਹੁਣ ਦੰਦਾਂ ਨਾਲ ਨਹੀਂ ਖੁੱਲਦੀਆਂ ਪਈਆਂ ਪਾਕਿਸਤਾਨ 'ਚ ਜੋ ਕੁਝ ਹੋ ਰਿਹਾ ਮਾੜਾ ਪਰ ਅਸੀਂ ਸਿਰਫ ਅਫਸੋਸ ਕਰ ਸਕਦੇ ਹਾਂ ਹਮਦਰਦੀ ਜਤਾ ਸਕਦੇ ਹਾਂ ਬਾਕੀ ਉਹਨਾਂ ਦੇ ਦੇਸ਼ ਦਾ ਮਾਮਲਾ ਜੀ ਪਨੋ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਖਬਰਾਂ ਤੇ ਚਰਚਾ ਕਰਨ ਲਈ ਤੁਸੀਂ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਸ਼ੁਕਰੀਆ ਜੀ ਤਾਂ ਅੱਜ ਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇ ਵਿੱਚ ਸਿਰਫ ਇੰਨਾ ਹੀ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਮੈਨੂੰ ਪਰਮ ਸਿੰਘ ਨੂੰ ਦਿਓ ਇਜਾਜ਼ਤ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ੍ਰੀ ਅਕਾਲ ਜੀ